ਅੰਮ੍ਰਿਤਸਰ ਦੇ ਇੰਦਰਾ ਕਲੋਨੀ ਮਜੀਠਾ ਰੋਡ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹਥਿਆਰਾਂ ਨਾਲ ਲੈਸ ਕੁਝ ਨੌਜਵਾਨਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਘਰ ਦੇ ਸਮਾਨ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਜਸਬੀਰ ਕੌਰ ਨੇ ਦੱਸਿਆ ਹੈ ਕਿ ਦੇਰ ਰਾਤ ਅਚਾਨਕ ਉਹਨਾਂ ਦੇ ਘਰ ਬਾਹਰ 12 ਦੇ ਕਰੀਬ ਹਥਿਆਰਾਂ ਨਾਲ ਲੈਸ ਨਕਾਬਪੋਸ਼ਾਂ ਨੇ ਉਹਨਾਂ ਦੇ ਘਰ ਉੱਤੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਵੀ ਚਲਾਈਆਂ। ਜਸਬੀਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰਾਂ ਦਾ ਗਲੀ ਵਿੱਚ ਰਹਿਣ ਵਾਲੇ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ, ਜਿਸ ਵਿੱਚ ਦਾਤਰ ਮਾਰ ਕੇ ਪਵਨ ਸਿੰਘ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਅਤੇ 8000 ਦੀ ਨਗਦੀ ਵੀ ਖੋਹ ਲਈ ਸੀ। ਮੈਨੂੰ ਮਾਮਲੇ ਦਾ ਕੋਈ ਮਤਲਬ ਕਿ ਇੰਨਾ ਪਤਾ ਕਿ ਪਹਿਲਾਂ 3-4 ਦਿਨ ਪਹਿਲੇ ਲੜਾਈ ਹੋਈ ਸੀ ਇੱਥੇ ਗਲੀ ਦੇ ਵਿੱਚ। ਉਸ ਟਾਈਮ 'ਤੇ ਪਵਨ ਮੁੰਡਾ ਸੀ, ਸਾਡੇ ਨਾਲ ਹੀ ਆ ਗਲੀ ਦੇ ਵਿੱਚ ਹੀ ਆ, ਉਹਦਾ ਸਿਰ ਪਾੜ ਕੇ ਗਿਆ ਸੀ। ਵਾਰਿਸ ਅਤੇ ਪਾਰਿਸ ਸੀ ਉਹ ਦੋਨੋਂ ਮੁੰਡਾ ਦੇ, ਉਹਨਾਂ ਦੇ ਨਾਲ ਮਤਲਬ ਕਿ ਮੁੰਡੇ ਹੋਰ ਵੀ ਹੈਗੇ ਸੀ। ਉਹਨੂੰ ਰਾਤ ਕੰਮ ਤੋਂ ਆਉਂਦੇ ਸੀ, ਉਹਦਾ ਸਿਰ ਪਾੜਿਆ ਇਹਨਾਂ ਨੇ। ਅਤੇ ਉਸ ਤੋਂ ਬਾਅਦ 2 ਦਿਨ ਬਾਅਦ ਇਹੀ ਹਮਲਾ ਕੀਤਾ ਕਿ ਇਹਨਾਂ ਨੇ ਸਾਡੇ ਘਰ ਆ ਕੇ ਵੱਟੇ ਚਲਾਉਣੇ, ਰੋੜੇ ਮਾਰੇ, ਬੋਤਲਾਂ ਮਾਰੀਆਂ। ਅੰਦਰ ਵੜ ਕੇ ਗੇਟ ਖੁੱਲ੍ਹਾ ਸੀਗਾ ਮੇਰਾ, ਅੰਦਰ ਵੜ ਕੇ ਮੁੰਡਿਆਂ ਨੇ ਮਤਲਬ ਕਿ ਤੋੜੇ ਰਾੜੇ ਮੇਰ ਹੀ ਕਰੋ ਹੀ ਇੱਟਾਂ ਚੁੱਕ ਕੇ ਇਹਨਾਂ ਨੇ। ਹਾਂਜੀ, ਗੋਲੀ ਵੀ ਚੱਲੀ, ਗੋਲੀ ਵੀ ਚੱਲੀ ਆ ਉਹਨਾਂ ਨੇ ਜਾਂਦੇ ਜਾਂਦੇ, ਮਤਲਬ ਕਿ ਇੱਕ ਫਾਇਰ ਵੀ ਗਲੀ ਦੇ ਵਿੱਚ ਕੱਢ ਕੇ ਗਏ ਨੇ। ਇਸ ਸੰਬੰਧ ਵਿੱਚ ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 20-25 ਦਿਨ ਪਹਿਲਾਂ ਪਵਨ ਦਾ ਝਗੜਾ ਹੋਇਆ ਸੀ ਪਾਰਸ ਹੋਣਾਂ ਨਾਲ, ਉਹਨਾਂ ਦਾ ਆਪਸ ਵਿੱਚ ਮੋਹਤਾਂ ਨੂੰ ਬੈਠ ਕੇ ਰਾਈ ਨਵਾਂ ਕਰਾਤਾ। ਜਿਹੜੀ ਪਰਸੋਂ ਦੀ ਪਵਨ ਦੀ ਗੱਲ ਹੈ ਕਿ ਮੇਰੇ ਕਿਸੇ ਨੇ ਸੱਟ ਮਾਰੀ ਹੈ, ਪਰ ਮੈਨੂੰ ਇਹ ਨਹੀਂ ਪਤਾ ਵੀ ਕਿਹਨੇ ਮਾਰੀ ਹੈ। ਮੈਨੂੰ ਸ਼ੱਕ ਹੈ ਕਿ ਜਿਹੜਾ ਮੇਰੇ ਨਾਲ ਪਹਿਲਾਂ ਝਗੜਾ ਉਹਨਾਂ ਨੇ ਸੱਟ ਨਾ ਮਰਵਾਈ ਹੋਵੇ ਕਿਤੇ ਨੂੰ, ਠੀਕ ਹੈ ਜੀ। ਉਹ ਅਜੇ ਵੈਰੀਫਾਈ ਕਰ ਰਹੇ ਹਾਂ। ਅੱਜ ਕੀ ਹੋਇਆ, ਅੱਜ ਕੋਈ ਬੰਦੇ ਬਾਹਰ ਸ਼ਹਿਰ ਵਿੱਚ ਕਹਿੰਦੇ, ਇਹਨਾਂ ਦੇ ਕਹਿਣ ਮੁਤਾਬਕ 24 ਕੁਆਟਰਾਂ ਦੇ ਬੰਦੇ ਆਏ ਨੇ, ਉਹਨਾਂ ਨੇ ਗਾਰ ਕੇ ਘਰ ਦੀ ਭੰਨਤੋੜ ਕੀਤੀ ਹੈ ਜੀ। ਅਤੇ ਮੁੜ ਕੇ ਜਦੋਂ ਦੁਨੀਆ ਇਕੱਠੀ ਹੋਊਗੀ ਮੌਕੇ ਤੋਂ ਫਰਾਰ ਹੋ ਗਏ ਨੇ, ਵੈਰੀਫਾਈ ਕਰ ਰਹੇ ਹਾਂ। ਜੋ ਹਾਲਾਤ ਸਾਹਮਣੇ ਆਉਣਗੇ ਕਾਰਵਾਈ ਕੀਤੀ ਜਾਊਗੀ, ਬੰਦਿਆਂ ਨੂੰ ਫੜਨ ਵਾਸਤੇ ਪੁਲਿਸ ਪਾਰਟੀਆਂ ਭੇਜੀਆਂ। ਸੂਬੇ 'ਚ ਅਪਰਾਧਿਕ ਮਾਮਲਿਆਂ ਦੀ ਗਿਣਤੀ ਦਿਨ ਬਰ ਦਿਨ ਵੱਧਦੀ ਹੀ ਜਾ ਰਹੀ ਹੈ, ਲੋੜ ਹੈ ਪ੍ਰਸ਼ਾਸਨ ਨੂੰ ਸੁਚੇਤ ਹੋਣ ਦੀ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। At Pyramid, the only thing that inspires us the most is our customer, and we are totally committed to the success of our students and customers. Pyramid de Super Canadian Sikhya Mele ch register karo ate ek vadhiya bhavikh wal apna pehla kadam chukho. Pyramid, visa ek vadhiya zindagi layi.